ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਕਾਂਗਰਸ ਦੇ ਸੀਨੀਅਰ ਆਗੂ ਕਹਿ ਸਕਦੇ ਹਾਂ ਰਾਣਾ ਕੁਸ਼ਲ ਪਾਲ ਨੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਅਤੇ ਅੱਜ ਮੰਤਰੀ ਅਨਮੋਲ ਗਿੱਲ ਮਾਨ ਨੇ ਉਹਨਾਂ ਦਾ ਪਾਰਟੀ ਦੇ ਵਿੱਚ ਸਰੋਪਾ ਪਾ ਕੇ ਸਵਾਗਤ ਕੀਤਾ। ਦੱਸ ਦਿੰਦੇ ਹਾਂ ਬੀਤੇ ਦਿਨੀ ਅਸੀਂ ਆਪਣੇ ਚੈਨਲ ਰਾਹੀਂ ਇਹ ਖਬਰ ਵਿਖਾਈ ਸੀ ਕਿ ਰਾਣਾ ਕੁਸ਼ਲ ਪਾਲ ਸੀਨੀਅਰ ਆਗੂ ਜੋ ਕਾਂਗਰਸ ਦੇ ਨੇ ਉਹ ਕਿਸੇ ਹੋਰ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਨੇ ਕਿਉਂਕਿ ਕਾਂਗਰਸ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੇ ਨੇ। ਤਾਂ ਇਸ ਨੂੰ ਲੈ ਕੇ ਉਸ ਖਬਰ ਦੇ ਉੱਤੇ ਵੀ ਮੋਹਰ ਲੱਗੀ ਹੈ ਅਤੇ ਹੁਣ ਰਾਣਾ ਕੁਸ਼ਲ ਪਾਲ ਦੇ ਨਾਲ ਉਹਨਾਂ ਦੇ ਸਾਥੀ ਵੀ ਜਿਹੜੇ ਇਸ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਕਾਂਗਰਸ ਦੇ ਵਿੱਚ ਉਹ ਹੁਣ ਪੁੱਛ ਨਹੀਂ ਰਹੀ ਜੋ ਪਹਿਲਾਂ ਆਗੂਆਂ ਦੀ ਹੁੰਦੀ ਸੀ। ਤਾਂ ਇਸ ਨੂੰ ਲੈ ਕੇ ਰਾਣਾ ਕੁਸ਼ਲ ਪਾਲ ਨੇ ਪਾਰਟੀ ਛੱਡਣ ਦਾ ਇਰਾਦਾ ਕਾਫੀ ਦਿਨਾਂ ਤੋਂ ਕੀਤਾ ਹੋਇਆ ਸੀ ਪਰ ਅੱਜ ਆਮ ਆਦਮੀ ਪਾਰਟੀ ਉਹਨਾਂ ਨੇ ਜੁਆਇਨ ਕਰ ਲਈ ਹੈ। ਦੱਸ ਦਿੰਦੇ ਕਿ ਰਾਣਾ ਕੁਸ਼ਲ ਪਾਲ ਕਾਫੀ ਵਾਰ ਜਿਹੜੇ ਪਿੰਡ ਦੇ ਵਿੱਚ ਪੰਚਾਇਤ ਮੈਂਬਰ ਰਹੇ ਨੇ, ਦੋ ਵਾਰ ਕਾਂਗਰਸ ਦੇ ਹਲਕਾ ਖੜ੍ਹ ਤੋਂ ਯੂਥ ਪ੍ਰਧਾਨ ਰਹੇ ਨੇ। ਤਾਂ ਇਸ ਨੂੰ ਲੈ ਕੇ ਇਹ ਵੀ ਦੱਸ ਦਿੰਦੇ ਹਾਂ ਕਿ ਰਾਜਪੂਤ ਬਰਾਦਰੀ ਦੇ ਵਿੱਚ ਵੀ ਪ੍ਰਧਾਨ ਨੇ, ਰਾਜਪੂਤ ਬਰਾਦਰੀ ਦੇ ਵਿੱਚ ਵੀ ਉਹਨਾਂ ਦਾ ਕਾਫੀ ਵੱਡਾ ਹੋਲਡ ਹੈ, ਕਾਫੀ ਵੱਡੇ ਜਿਹੜੇ ਲੋਕ ਉਹਨਾਂ ਦੇ ਨਾਲ ਜੁੜੇ ਹੋਏ ਨੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਨੂੰ ਇੱਕ ਤੋਂ ਇੱਕ ਵੱਡਾ ਝਟਕਾ ਹੋਰ ਲੱਗ ਸਕਦਾ ਹੈ। ਇਹ ਵੀ ਸੂਤਰਾਂ ਤੋਂ ਹਵਾਲੇ ਤੋਂ ਹੁਣ ਖਬਰ ਆਈ ਹੈ ਕਿ 7 ਹੋਰ ਕਾਂਗਰਸ ਦੇ ਵੱਡੇ ਆਗੂ ਜਿਹੜੇ ਹੁਣ ਹੋਰ ਪਾਰਟੀਆਂ ਵਿੱਚ ਜਾ ਸਕਦੇ ਨੇ। ਖਰੜ ਦੀ ਗੱਲ ਕਰੀਏ, ਨਵਾਂ ਗਾਓਂ ਦੀ ਗੱਲ ਕਰੀਏ, ਕੁਰਾਲੀ ਦੀ ਗੱਲ ਕਰੀਏ ਜਾਂ ਮੁੱਲਾਂਪੁਰ ਤੋਂ, ਤਾਂ ਇਸ ਏਰੀਏ ਤੋਂ ਕਾਫੀ ਵੱਡੇ ਜਿਹੜੇ ਆਗੂ ਨੇ ਉਹ ਜਾ ਸਕਦੇ ਨੇ। ਇਸ ਨੂੰ ਲੈ ਕੇ ਪਹਿਲਾਂ ਰਾਣਾ ਕੁਸ਼ਲ ਪਾਲ ਨਾਲ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਕਰਾਂਗੇ ਇਸ ਮਾਮਲੇ ਬਾਰੇ ਪੂਰੀ ਗੱਲਬਾਤ। ਹੈਲੋ ਹੈਲੋ, ਹਾਂਜੀ ਦਾ ਜੀ। ਹਾਂਜੀ, ਰਾਣਾ ਕੁਸ਼ਲ ਪਾਲ ਬੋਲ ਰਹੇ ਜੀ? ਹਾਂਜੀ 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 ਹਾਂਜੀ, ਹਰਤੇਜ ਸਿੰਘ ਤੇਜੀ ਬੋਲ ਰਹੇ ਜੀ, ਐਚ ਐਨ ਨਿਊਜ਼ ਚੈਨਲ। ਹਾਂਜੀ 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 ਬਾਈ ਜੀ, ਪਛਾਣ ਲਿਆ ਜੀ। ਬਹੁਤ ਠੀਕ ਹੈ ਜੀ। ਅੱਛਾ, ਅੱਜ ਤੁਸੀਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ, ਕੀ ਕਾਰਨ ਰਹੇ ਜੀ? ਕਾਂਗਰਸ ਨੂੰ ਕਾਫੀ ਲੰਬਾ ਸਮਾਂ ਤੁਸੀਂ ਹੰਢਾਇਆ, ਕਾਂਗਰਸ ਦੇ ਵਿੱਚ ਕਾਫੀ ਅਹੁਦਿਆਂ ਤੇ ਵੀ ਰਹੀਆਂ ਵੱਡਿਆਂ ਤੇ, ਤੇ ਇੱਕ ਸਿਰ ਕੱਢਵੇਂ ਜੇ ਆਪਾਂ ਗੱਲ ਕਰੀਏ ਤਾਂ ਖਰੜ ਦੇ ਕਾਫੀ ਵੱਡੇ ਆਗੂ ਸੀ ਤੁਸੀਂ, ਤਾਂ ਅੱਜ ਕਾਂਗਰਸ ਛੱਡਣ ਦਾ ਕਾਰਨ ਕੀ ਬਣਿਆ ਜੀ? ਪਹਿਲਾਂ ਮੈਂ ਤੁਹਾਡਾ ਤੇ ਤੁਹਾਡਾ ਚੈਨਲ ਦਾ ਬੜਾ ਧੰਨਵਾਦ ਕਰਦਾ ਹੈ। ਹਾਂਜੀ, ਤੇ ਤੁਸੀਂ ਮੈਨੂੰ ਕਾਲ ਕਰੀ ਹੈ। ਹਾਂਜੀ, ਤੇ ਜੀ ਤੁਹਾਨੂੰ ਕਹਿਣ ਦੀ ਲੋੜ ਨਹੀਂ, ਤੁਹਾਨੂੰ ਪਤਾ ਹੀ ਹੈ ਵੀ ਰਾਣਾ ਕੁਸ਼ਲ ਪਾਲ ਹਾਂਜੀ ਵੀ ਜਿਹਦੇ ਨਾਲ ਖੜਦਾ ਤੇ ਦਿਲ ਖੋਲ ਕੇ ਖੜਦਾ ਹੈ, ਕੋਈ ਦੋਗਲੀ ਦੀ ਗੱਲ ਨਹੀਂ। ਹਾਂਜੀ ਹਾਂਜੀ, ਤੇ ਅੱਜ ਜੇ ਮੈਂ ਕਾਂਗਰਸ ਛੱਡੀ ਹੈ ਤੇ ਮੇਰਾ ਅੰਦਰ ਦੇ ਮਨ ਰੋਇਆ ਹੈ। ਹਾਂਜੀ, ਮੈਂ ਸਹੀ ਦੱਸਦਾ ਇੱਕ, ਮੈਂ ਉਹ ਨਹੀਂ ਕਹਿੰਦਾ। ਹਾਂਜੀ, ਮੇਰਾ ਮਨ ਭਰਿਆ ਅੰਦਰ ਤੇ। ਹਾਂਜੀ, ਕਿ ਮੈਂ ਕਾਂਗਰਸ ਪਾਰਟੀ ਸੇਵਾ ਹੀ ਬਹੁਤ ਕਰੀ। ਹਾਂਜੀ, 16-17 ਸਾਲ ਲਗਾਤਾਰ ਸੇਵਾ ਕਰੀ ਹੈ। ਹਾਂਜੀ, ਬਿਨਾਂ ਕਿਸੇ ਲਾਲਚ ਤੋਂ। ਹਾਂਜੀ, ਹੋਰ ਜ਼ਿਆਦਾ ਖਾਸ ਮੈਂ ਕਾਂਗਰਸ ਸਾਹਿਬ ਦੀ। ਹਾਂਜੀ, ਜਿਸ ਤਰ੍ਹਾਂ ਕਾਂਗਰਸ ਸਾਹਿਬ ਹੁਕਮ ਲਾਉਂਦੇ ਤੇ ਉਸ ਤਰ੍ਹਾਂ ਹੀ ਬਜਾਇਆ, ਚਾਹੇ ਰਾਤ ਹੋ ਦਿਨ ਹੋ, ਜੋ ਵੀ ਘੰਟੇ ਅਸੀਂ ਕਾਂਗਰਸ ਪਾਰਟੀ ਕਾਂਗਰਸ ਸਾਹਿਬ ਦੇ ਹਾਜ਼ਰ। ਪਰ ਹੁਣ ਜਗਮੋਹਨ ਸਿੰਘ ਕੰਗ ਤਾਂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਮੁੜ ਸ਼ਾਮਿਲ ਹੋ ਗਏ ਨੇ, ਹੁਣ ਤੁਹਾਡਾ ਕਾਰਨ ਕੀ ਬਣਿਆ ਫਿਰ ਛੱਡਣ ਦਾ? ਗੱਲ ਇਹ ਜੀ ਤੇਜ ਜੀ, ਪਹਿਲਾਂ ਐਮ ਪੀ ਇਲੈਕਸ਼ਨ ਟਿਕਟਾਂ ਚੱਲ ਰਿਹਾ ਵੀ ਰਾਣਾ ਗੁਰਜੀਤ ਨੂੰ ਮਿਲਦੀ, ਕਿਆ ਰਾਣਾ ਕੇ ਪੀ ਰਾਣਾ ਜੀ ਨੂੰ ਮਿਲਦੀ, ਕਿਆ ਬਲਵੀਰ ਸਿੱਧੂ ਨੂੰ ਮਿਲਦੀ। ਹਾਂਜੀ, ਚਲੋ ਜਿਹਨੂੰ ਮਿਲਦੀ ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਆਪਾਂ ਮਦਦ ਕਰੀਏ ਪਾਰਟੀ ਦੀ। ਹਾਂਜੀ ਹਾਂਜੀ, ਚਲੋ ਸਿੰਗਲਾ ਜੀ ਆ ਗਏ, ਅਸੀਂ ਵੈਲਕਮ ਕਰਿਆ ਸਾਰਿਆਂ ਨੇ, ਵਧੀਆ ਗੱਲ ਆ, ਕੋਈ ਗੱਲ ਜੋ ਪਾਰਟੀਆਂ ਦੇ ਦਿਆ ਹੁਕਮ ਹੈ। ਹਾਂਜੀ, ਉਹ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਥੋੜੇ ਦਿਨ ਪਹਿਲਾਂ ਲੱਗਿਆ ਵੀ ਕਾਂਗਰਸ ਸਾਹਿਬ ਜੁਆਇਨਿੰਗ ਕਰ। ਹਾਂਜੀ, ਤੇ ਮੀਟਿੰਗ ਹੋਈ ਪ੍ਰਧਾਨ ਜੀ ਦੇ ਜਿੱਤੀ ਦੇ ਘਰਾਂ ਕਰਾ ਲੈਣ ਆਪਣਾ ਪਟਿਆਲਾ। ਹਾਂਜੀ, ਉੱਥੇ ਸਾਰੀ ਸੀਨੀਅਰ ਲੀਡਰਸ਼ਿਪ ਗਈ ਹੋਈ ਸੀ। ਹਾਂਜੀ, ਤੇ ਚਲੋ ਉੱਥੇ ਮੈਂ ਖੜਾ ਹੋ ਕੇ ਕਿਹਾ ਸਿੰਗਲਾ ਜੀ ਨੂੰ, ਹਾਂਜੀ, ਮੈਂ ਕਿਹਾ ਜੀ ਮੈਨੂੰ ਪਤਾ ਵੀ ਤੁਹਾਡੇ ਕੰਗ ਪਰਿਵਾਰ ਨਾਲ ਬੜੇ ਪੁਰਾਣੇ ਰਿਲੇਸ਼ਨ। ਹਾਂਜੀ ਹਾਂਜੀ, ਵੀ ਜੇ ਉਹ ਤੁਹਾਨੂੰ ਬੈਨੀਫਿਟ ਹੁੰਦਾ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਆ ਜਾ। ਹਾਂਜੀ, ਵੀ ਸਾਨੂੰ ਕੋਈ ਮਾਗਤਾ ਨਹੀਂ, ਸਾਡੀ ਨਾਰਾਜ਼ਗੀ ਹੈਗੀ ਉਹ ਅਲੱਗ ਗੱਲ ਹੈ, ਪਰ ਜੇ ਤੁਹਾਨੂੰ ਬੈਨੀਫਿਟ ਹੁੰਦਾ ਸਾਨੂੰ ਕੋਈ ਇਤਰਾਜ਼ ਨਹੀਂ ਆ ਜਾ। ਹਾਂਜੀ, ਚਲੋ ਆ ਗਏ ਜੀ, ਗੱਲ ਛੱਡੋ, ਉੱਥੇ ਵਾਲ ਆਏ ਤੇ ਜੁਆਇਨ ਕਰ ਲਈ ਕੰਗ ਸਾਹਿਬ ਨੇ।
ਚਲੋ ਕਾਂਗਰਸ ਸਾਹਿਬ ਦਾ ਮੈਨੂੰ ਫੋਨ ਆਇਆ ਵੀ ਕੁਸ਼ਲ ਭਾਜੀ, ਮੈਂ ਧੰਨਵਾਦ ਤੁਹਾਡਾ, ਵੈਲਕਮ ਹੈ, ਵੀ ਆਪਾਂ ਰਲ ਕੇ ਚੱਲਣਾ ਕੋਈ। ਹਾਂਜੀ, ਮੈਨੂੰ ਕਾਂਗਰਸ ਸਾਹਿਬ ਨੇ ਕਹਿਣਾ ਕੁਸ਼ਲ ਆਪਾਂ ਰਲ ਕੇ ਚੱਲਣਾ। ਹਾਂਜੀ, ਡਿਸੀਜ਼ਨ ਲੈ ਜੀ, ਮੇਰਾ ਬੱਚਾ ਸੀ, ਮੈਂ ਕੋਈ ਨਹੀਂ। ਹਾਂਜੀ, ਉਹਦੇ ਬੰਨੀ ਜੀ ਘਰ ਆ ਗਏ 2 ਦਿਨ ਪਹਿਲਾਂ ਮੇਰੇ ਪਾ ਮੀਟਿੰਗ। ਹਾਂਜੀ, ਤੇ ਬੰਨੀ ਜੀ ਆਏ ਤੇ ਬੰਨੀ ਕਹਿੰਦੇ ਇਸੇ ਤਰ੍ਹਾਂ ਗੱਲ ਹੈ ਵੀ, ਮੈਂ ਕਿਹਾ ਜੀ ਬੰਨੀ ਜੀ ਗੱਲ ਇਹ ਹੈ ਵੀ ਤੁਸੀਂ ਸਾਡੇ ਭਰਾ ਦੇ ਵੱਡੇ, ਆਪਾਂ ਤੁਹਾਡੇ ਨਾਲ ਚੱਲੇ ਹਾਂ। ਹਾਂਜੀ, ਸਾਡੀ ਨਾਰਾਜ਼ਗੀ ਹੈਗੀ ਹੈ ਜਿਹੜੇ ਤੁਸੀਂ ਗਲਤ ਫੈਸਲੇ ਕਰੇ ਆ ਸਾਡੇ ਨਾਲ। ਹਾਂਜੀ ਹਾਂਜੀ ਹਾਂਜੀ, ਵੀ ਕੋਈ ਗੱਲ ਨਹੀਂ, ਪਰ ਇਲੈਕਸ਼ਨ MP ਹੈ। ਹਾਂਜੀ, ਕਹਿੰਦਾ ਵੀ ਹਾਂ ਆਪਾਂ ਸਿੰਘ ਰਾਜ ਜੀ ਮਦਦ ਕਰਨੀ ਵੀ ਖਿਦਰਾਬਾਦ ਮੀਟਿੰਗ ਰੱਖੀ ਹੋਈ ਹੈ। ਹਾਂਜੀ, ਮੈਂ ਕਿਹਾ ਉਹ ਮੀਟਿੰਗ ਸਾਡੀ ਸੀ ਵੀ, ਪਰ ਤੁਸੀਂ ਸਿੰਘ ਰਾਜ ਜੀ ਨੂੰ ਜ਼ੋਰ ਪਾਇਆ। ਹਾਂਜੀ, ਮੈਨੂੰ ਪ੍ਰਧਾਨ ਜੀ ਦਾ ਫੋਨ ਆਇਆ ਵੀ ਕੋਈ ਗੱਲ ਨਹੀਂ ਆਪਾਂ ਰਲ ਕੇ ਕਰਾਂਗੇ। ਹਾਂਜੀ ਹਾਂਜੀ, ਜਦ ਇਹ ਸਾਡੀ ਗੱਲ ਹੋ ਗਈ ਵੀ ਆਪਾਂ ਰਲ ਕੇ ਕਰਨਾ, ਕੋਈ ਗੱਲ ਨਹੀਂ। ਹਾਂਜੀ, ਤੇ ਕਾਂਗਰਸ ਸਾਹਿਬ ਨੂੰ ਇਹ ਕੀ ਬਣਦਾ ਸੀ ਵੀ ਇਕੱਲੇ ਕਿਰਪਾਲ ਦੀ ਫੋਟੋ ਲਾਉਣੀ ਹੈ? ਜੇ ਉਹ ਸਾਬਕਾ ਚੇਅਰਮੈਨ ਹੈ ਤੇ ਅਸੀਂ ਵੀ ਹਲਕਾ ਖੜਕ ਤੋਂ 2 ਵਾਰ ਪ੍ਰਧਾਨ ਰਹੇ ਹੈ। ਹਾਂਜੀ, ਤੇ ਵੋਟਾਂ ਤੇ ਜਿੱਤੇ ਅਸੀਂ, ਊ ਨਹੀਂ ਰਹੇ ਥੋਪੇ ਵੇ। ਹਾਂਜੀ ਹਾਂਜੀ, ਅਸੀਂ ਵੋਟ ਪੈਂਦੀ ਹੈ ਸਾਡੀ ਯੂਥ ਕਾਂਗਰਸ ਦੀ ਜੀ। ਹਾਂਜੀ ਹਾਂਜੀ, ਤਾਂ ਬੰਦਾ ਮੰਨਦਾ ਤੇ ਜੀ ਇੱਕ ਚੇਅਰਮੈਨ ਤਾਂ ਊ ਥੋਪ ਦੇਣਾ ਸਰਕਾਰ। ਬਿਲਕੁਲ, ਹਾਂਜੀ ਹਾਂਜੀ, ਠੀਕ ਹੈ। ਫਿਰ ਉਹ ਤੋਂ ਬਾਅਦ ਅਸੀਂ ਲਗਾਤਾਰ ਖਿਦਰਾਬਾਦ ਨੇ ਇੱਕ ਮੈਂਬਰ ਪੰਚਾਇਤ ਬਣਨਾ, ਇੱਕ ਸਰਪੰਚ ਬਰਾਬਰ ਹੁੰਦਾ ਹੈ ਛੋਟੇ ਪਿੰਡ ਦਾ, ਤੇ ਅਸੀਂ ਲਗਾਤਾਰ 16-17 ਸਾਲ ਦੇ ਬਣਦੇ ਆ ਰਹੇ ਹਾਂ। ਹਾਂਜੀ, ਇਹ ਕਾਂਗਰਸ ਸਾਹਿਬ ਨੇ ਉੱਥੇ ਫੋਟੋ ਲਾਈ ਤੇ ਮੇਰੇ ਬੰਦਿਆਂ ਨੂੰ ਪਤਾ ਲੱਗ ਗਿਆ। ਤੇ ਪਤਾ ਲੱਗ ਗਿਆ ਤੇ ਮੈਨੂੰ ਬੰਦੇ ਕਹਿੰਦੇ ਵੀ ਇੱਦਾਂ ਕਰਕੇ ਵੀ ਉੱਥੇ ਜੀ ਕਿਰਪਾਲ ਦੀ ਫੋਟੋ ਲੱਗੀ ਵੀ ਇਕੱਲੇ ਦੀ। ਹਾਂਜੀ, ਵੀ ਇਹ ਤੁਸੀਂ ਕਿਆ ਫੈਸਲਾ ਦੇਣਾ ਚਾਹੁੰਦੇ ਹੋ, ਅਸੀਂ ਤਾਂ ਜਾਣਾ ਨੀ, ਜੇ ਤੂੰ ਜਾਂਦਾ ਜਾ। ਹਾਂਜੀ, ਮੈਂ ਕਿਹਾ ਚਲੋ ਵੀ ਮੈਂ ਤੁਹਾਡੇ ਨਾਲ ਹੈ ਤੇ ਆਪਾਂ ਚਲੋ, ਮੈਨੂੰ ਪਿੰਡਾਂ ਦੇ ਵੀ ਆਏ, ਮੈਂ ਕੋਈ ਰੋਕਿਆ ਨੀ ਬੰਦਾ। ਹਾਂਜੀ, ਮੈਨੂੰ ਹਲਵਾਨਗੜ੍ਹ ਤੋਂ ਵੀ ਆਏ, ਹੋਰ ਵੀ ਆਏ, ਮੈਂ ਕਿਹਾ ਜਾਓ ਜੀ, ਹੋਰ ਵੀ ਆਏ ਸਾਰੇ, ਮੈਂ ਕੋਈ ਰੋਕਿਆ, ਸਾਰੇ ਪਿੰਡਾਂ ਦੇ ਮੈਂ ਮੈਸੇਜ ਲਾਏ, ਹਲਵਾਨਗੜ੍ਹ ਤੋਂ ਹਰਮਾਨਸ ਜੀ ਹੈ, ਹੋਰ ਹੈ ਜੀ ਨਾ ਮਾਜੀ, ਪੁੱਛ ਲਓ, ਮੈਂ ਮੈਸੇਜ ਲਾਏ ਹੋਏ ਸੀ। ਹਾਂਜੀ, ਉਹ ਆਏ ਵੀ ਉੱਥੇ ਬੰਦੇ। ਹਾਂਜੀ, ਜਦ ਉਹਨੂੰ ਸ਼ਾਮ ਨੂੰ ਪਤਾ ਲੱਗਿਆ ਤੂੰ ਕਦ ਨੀ ਕਰਨਾ, ਉਹ ਮੈਨੂੰ ਕਹਿੰਦੇ ਤੈਂ ਸਾਨੂੰ ਦੱਸਿਆ ਕਿ ਨਹੀਂ ਅਸੀਂ ਆਉਣਾ ਨਹੀਂ। ਹਾਂਜੀ, ਮੀਟਿੰਗ ਫਿਰ ਉਹ ਤੋਂ ਬਾਅਦ ਮੀਟਿੰਗ ਅੰਦਰ ਤੁਸੀਂ ਦੇਖੋ ਕੋਈ ਮਹਾਜਨ ਭਾਈ, ਕੋਈ ਹੋਰ ਬਰਾਦਰੀ, ਹਾਂਜੀ ਕਿਰਪਾਲ ਨੂੰ ਛੱਡ ਕੇ ਬਾਕੀ ਕੋਈ ਬਰਾਦਰੀ ਮੀਟਿੰਗ ਤੁਸੀਂ ਫੋਟੋ ਚੈੱਕ ਕਰ, ਕੋਈ ਬਰਾਦਰੀ ਉੱਥੇ ਹੋਰ ਗਈ ਨਹੀਂ ਉੱਥੇ। ਅੱਛਾ ਜੀ, ਇਹ ਮੀਟਿੰਗ ਕਿਰਪਾਲ ਦੀ, ਇਹਨਾਂ ਦੀ ਬਣ ਕੇ ਰਹਿ ਗਈ। ਅੱਛਾ ਰਾਣਾ ਜੀ, ਸਰ ਤੁਸੀਂ ਕਿਹਾ ਕਿ ਜਗਮੋਹਨ ਸਿੰਘ ਕੰਗ ਤੋਂ ਮੈਨੂੰ ਕੋਈ ਇਤਰਾਜ਼ ਨਹੀਂ ਸੀ ਆਉਣ ਤੋਂ, ਉਸ ਤੋਂ ਬਾਅਦ ਜਿਹੜੀਆਂ ਤੁਹਾਡੀ ਮੀਟਿੰਗ ਦੇ ਕਾਰਨ ਇਹ ਜਿਹੜੇ ਆਪਸ ਦੇ ਵਿੱਚ ਇੱਕ ਮਤਭੇਦ ਹੋਏ ਹੈ, ਤਾਂ ਹੁਣ ਮੰਤਰੀ ਨਰਮਾਨ ਦੀ ਤੁਸੀਂ ਮੌਜੂਦਗੀ ਦੇ ਵਿੱਚ ਸ਼ਾਮਲ ਹੋਏ ਹੋ, ਕੀ ਭਰੋਸਾ ਦਿੱਤਾ ਕਿ ਜਿਸ ਤਰੀਕੇ ਦੇ ਅਹੁਦੇ ਤੁਹਾਡੀ ਕਾਂਗਰਸ ਦੇ ਵਿੱਚ ਸੀ ਜਾਂ ਜਿਸ ਤਰੀਕੇ ਦੇ ਤੁਸੀਂ ਸੇਵਾ ਉਹਨਾਂ ਨਿਭਾਈਆਂ, ਤਾਂ ਆਉਣ ਵਾਲੇ ਦਿਨਾਂ ਵਿੱਚ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੁਹਾਨੂੰ ਮਾਣ ਸਤਿਕਾਰ ਦੇਗੀ ਜਾਂ ਨਹੀਂ? ਦੇਖੋ ਜੀ, ਗੱਲ ਇਹ ਹੈ ਮੈਂ ਕਾਂਗਰਸ ਮੈਂ ਉੱਥੇ ਵੀ ਕੋਈ ਅੱਜ ਤੱਕ ਕੋਈ ਪਾਰਟੀ ਦੇ ਹੋਰ ਹੀ ਮੰਗਿਆ ਸੀ। ਹਾਂਜੀ, ਵੀ ਮੈਨੂੰ ਚਲੋ ਮੈਂ 2 ਵਾਰ ਪ੍ਰਧਾਨ ਬਣਿਆ, ਇਲੈਕਸ਼ਨ ਜਿੱਤੇ ਅਸੀਂ। ਹਾਂਜੀ ਹਾਂਜੀ, ਤੇ ਇੱਕ ਚੇਅਰਮੈਨ ਹੀ ਵਿਛਾਇਆ, ਜਦ ਅਸੀਂ ਮੈਡਮ ਨਾਲ ਸਾਡੀ ਮੀਟਿੰਗ ਹੋਈ ਹੈ। ਹਾਂਜੀ, ਤੇ ਵਰਿੰਦਰ ਜੀ ਸਰਪੰਚ ਆਪਣੇ ਸਹੇਲੀ ਪੱਟੀ ਤੋਂ, ਹਾਂਜੀ, ਤੇ ਚੰਡੀਗੜ੍ਹ ਤੋਂ ਹਰਦੀਪ ਜੀ ਬਟੇਰਾ ਜੀ ਜਿਹੜੇ MP ਅਕਾਲੀ ਦਲ ਲੜਦੇ, ਉਹ ਮੇਰੇ ਮਿੱਤਰ ਹੈ, ਸਾਰੇ ਅਸੀਂ ਬੈਠੇ ਸੀ। ਹਾਂਜੀ, ਤੇ ਅਸੀਂ ਉੱਥੇ ਕੋਈ ਗੱਲ ਨਹੀਂ ਕਹੀ, ਮੈਡਮ ਨੂੰ ਕਿਹਾ ਵੀ ਸਾਡਾ ਕੰਮ ਦੇਖਿਓ। ਹਾਂਜੀ, ਸਾਡਾ ਕੰਮ ਦੇਖਿਓ, ਤੁਸੀਂ ਆਪਣੇ ਆਪ ਸਾਨੂੰ ਜੋ ਤੁਹਾਡੀ ਸਹੀ ਲੱਗਿਆ ਜੀ, ਹਾਂਜੀ, ਸਾਨੂੰ ਕੰਮ ਦੇ ਆਧਾਰ ਤੇ ਦਿਓ, ਕੋਈ ਗੱਲ, ਕੰਮ ਸਾਡਾ ਬੋਲੂਗਾ। ਅੱਛਾ, ਜਿਸ ਤਰ੍ਹਾਂ ਤੁਸੀਂ ਜਗਮੋਹਨ ਸਿੰਘ ਕੰਗ ਦੇ ਆਉਣ ਤੋਂ ਬਾਅਦ ਜਿਹੜੇ ਹੁਣ ਆਮ ਆਦਮੀ ਪਾਰਟੀ ਜੁਆਇਨ ਕੀਤੀ, ਕਾਂਗਰਸ ਛੱਡੀ ਹੈ, ਤਾਂ ਹੋਰ ਵੀ ਕੋਈ ਕਾਂਗਰਸੀ ਆਗੂ ਲੱਗਦਾ ਕਿ ਜਿਹੜੇ ਕਾਂਗਰਸ ਛੱਡਣ ਨੂੰ ਤਿਆਰ ਬੈਠੇ ਨੇ, ਕਿ ਆਉਣ ਵਾਲੇ ਦਿਨਾਂ 'ਚ ਹੋਰ ਵੀ ਛੱਡ ਸਕਦੇ ਨੇ, ਜਾਂ ਕਿਹੜੇ ਕਿਹੜੇ ਏਰੀਏ ਤੁਹਾਨੂੰ ਲੱਗਦਾ? ਜੀ ਮੈਨੂੰ ਅੱਜ ਜਿੱਦਾਂ ਮੈਂ ਰਲਿਆ ਏ, ਹਾਂਜੀ, ਮੈਂ ਹਾਲੇ ਤੱਕ ਆਪਣੀ ਫੇਸਬੁੱਕ 'ਤੇ ਫੋਟੋ ਨਹੀਂ ਪਾਈ ਹੈ, ਹਾਂਜੀ, ਨਾ ਹਾਲੇ ਮੈਂ ਸਟੇਟ 'ਤੇ ਲਾਈ, ਪਰ ਲੋਕਾਂ ਦੇ ਇਸ ਤਰ੍ਹਾਂ ਪਤਾ ਲੱਗਾ, ਮੈਨੂੰ ਅਣਗਿਣਤ ਫੋਨ ਆ ਰਹੇ। ਅੱਛਾ ਜੀ, ਰਾਣਾ ਜੀ ਤੁਸੀਂ ਬਹੁਤ ਬੜਾ ਫੈਸਲਾ ਕਰਿਆ, ਬਹੁਤ ਵਧੀਆ ਫੈਸਲਾ ਕਰਿਆ, ਹਾਂਜੀ, ਬਹੁਤ ਵਧੀਆ ਟਿਕਾਣੇ ਸਿਰ ਤੁਸੀਂ ਗਏ ਹੈ। ਹਾਂਜੀ, ਵੀ ਤੁਹਾਡੀ ਪ੍ਰਮਾਤਮਾ ਰੱਖਾ ਦਾ ਚੜ੍ਹਦੀ ਕਲਾ ਰੱਖਾ, ਜਦ ਤੁਸੀਂ ਸਾਨੂੰ ਹੁਕਮ ਲਾਉਂਗੇ, ਹਾਂਜੀ, ਉਹਨਾਂ ਨੇ ਮੈਨੂੰ ਇਹੀ ਕਿਹਾ ਵੀ ਜਦ ਤੁਸੀਂ ਸਾਨੂੰ ਹੁਕਮ ਲਾਉਂਗੇ, ਸਰਪੰਚ ਜਾਂ ਪੰਚ ਹੈ ਜਾਂ ਹੋਰ ਹੈ, ਹਾਂਜੀ, ਜਾਂ ਕੋਈ ਸਾਬਕੇ ਹੈ, ਉਹਨਾਂ ਕਹਿੰਦੇ ਜਦ ਸਾਨੂੰ ਹੁਕਮ ਲਾਉਣਾ ਸੀ, ਜਦ ਪਾਰਟੀ ਦੇ ਅਸੀਂ ਨਾਲ
ਤੁਹਾਡੇ ਕਿਸੇ ਦੇ ਖੜ੍ਹ ਜੂਗੇ, ਹੋਰ ਵੀ ਸ਼ਾਮਿਲ ਕਰਾਉਂਗੇ ਹੁਣ ਨਾਲ? ਹਾਂਜੀ ਹਾਂਜੀ, ਹੋਰ ਬੰਦੇ ਬਹੁਤ ਬੰਦੇ ਘੁੰਮ ਰਹੇ ਜੀ, ਮੈਨੂੰ ਕਹਿਣ ਨੂੰ ਤਿਆਰ ਹੈ। ਠੀਕ ਹੈ, ਆਉਣ ਟਾਈਮ ਦੇ ਵਿੱਚ ਅਸੀਂ ਹੋਰ ਬੰਦੇ ਵੀ ਸ਼ਾਮਿਲ ਕਰਾਉਂਗੇ। ਠੀਕ ਹੈ, ਬਹੁਤ ਬਹੁਤ ਧੰਨਵਾਦ। ਕੁਸ਼ਲਪਾਲ, ਤੋਂ ਸੁਣਿਆ ਕਿ ਜਗਮੋਹਨ ਸਿੰਘ ਕੰਗ ਤੋਂ ਨਾਰਾਜ਼ ਨਜ਼ਰ ਆ ਰਹੇ ਸੀ, ਕਿ ਪਿਛਲੇ ਦਿਨੀ ਵਿਜੇਇੰਦਰ ਸਿੰਗਲਾ ਦੀ ਜੋ ਮੀਟਿੰਗ ਖਿਜ਼ਰਾਬਾਦ ਦੇ ਵਿੱਚ ਹੋਈ ਹੈ ਉਹਦੇ ਵਿੱਚ ਉਹਨਾਂ ਵੱਲ ਦੱਸਿਆ ਗਿਆ ਕਿ ਸਾਨੂੰ ਇਗਨੋਰ ਕੀਤਾ ਗਿਆ, ਸਾਡੇ ਵਰਕਰਾਂ ਨੂੰ ਇਗਨੋਰ ਕੀਤਾ ਗਿਆ, ਕਿ ਜੋ ਪਹਿਲਾਂ 2 ਸਾਲ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸੀ ਜਗਮੋਹਨ ਸਿੰਘ ਕੰਗ, ਉਹ ਮੁੜ ਤੋਂ ਆ ਕੇ ਹੁਣ ਪੁਰਾਣੇ ਆਗੂ ਕਾਂਗਰਸੀਆਂ ਨੂੰ ਇਗਨੋਰ ਕਰ ਰਹੇ ਨੇ, ਜਿਸ ਦੀ ਨਾਰਾਜ਼ਗੀ ਨੂੰ ਲੈ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਤਾਂ ਇਸ ਨੂੰ ਲੈ ਕੇ ਇੱਕ ਤੋਂ ਇੱਕ ਜਿਹੜਾ ਝਟਕਾ ਹੁਣ ਕਾਂਗਰਸ ਨੂੰ ਲੱਗ ਰਿਹਾ ਹੈ ਚੋਣਾਂ ਤੋਂ ਪਹਿਲਾਂ, ਭਾਵੇਂ ਵਿਜੇਇੰਦਰ ਸਿੰਗਲਾ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਨੇ, ਪਰ ਹਲਕਾ ਖੜ੍ਹ ਦੇ ਵਿੱਚ ਲਗਾਤਾਰ ਜਿਹੜੀ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ ਕਾਂਗਰਸ ਦੀ ਪਾਰਟੀ, ਤਾਂ ਦੇਖਦੇ ਕਿ ਆਉਣ ਵਾਲੇ ਵਿੱਚ ਹੋਰ ਕਿਹੜੇ ਕਾਂਗਰਸ ਦੇ ਸੀਨੀਅਰ ਆਗੂ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਜਾਂਦੇ ਨੇ। ਇਹ ਵੀ ਜਿਹੜੀ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਸੂਤਰ ਤੋਂ ਹਵਾਲੇ ਖਬਰ ਆ ਚੁੱਕੀ ਕਾਂਗਰਸ ਨੂੰ ਇੱਕ ਤੋਂ ਇੱਕ ਵੱਡਾ ਝਟਕਾ ਲੱਗ ਸਕਦਾ ਹੈ। ਤੁਹਾਡੇ ਨਾਲ